ਸਰਜੀਤ ਸਿੰਘ ਜੀ, ਪਿੰਡ ਦੀ ਰਾਜਵਿੰਦਰ ਕੌਰ ਸਰਪੰਚ, ਉਸ ਦਾ ਪਤੀ ਵਿਕਰਮਜੀਤ ਸਿੰਘ। ਪਿੰਡ ਦੇ ਵਿਕਾਸ ਲਈ ਅਸੀਂ ਫਿਰਨੀਆਂ 'ਤੇ ਮਿੱਟੀ ਪਾਈ, ਟਰਾਲੀਆਂ ਲਗਾਈਆਂ ਗਈਆਂ ਅਤੇ 4-5 ਟਰੈਕਟਰ ਵੀ ਲੱਗੇ ਰਹੇ ਅਤੇ ਉਸ ਦੇ ਦੂਜੇ ਕਿ ਸਕੂਲ 'ਚ ਮਿੱਟੀ ਪਾਈ ਗਈ, ਕਿਰਾਇਆ ਲਾਇਆ ਗਿਆ, ਉਹ ਪੰਚਾਇਤ ਘਰ 'ਚ ਕਿਰਾਇਆ ਲਾਇਆ ਗਿਆ ਪੁਰਾਣੇ ਅਤੇ ਨਵੇਂ 'ਚ, ਅਤੇ ਉਸ 'ਤੇ ਦੂਜੇ ਕਿ ਸਟੇਡੀਅਮ 'ਚ ਮਿੱਟੀ ਸੱਟੀ ਗਈ ਅਤੇ ਕਿਰਾਇਆ ਲਾਇਆ ਗਿਆ 70 ਗੇੜਾ। ਸਟੇਡੀਅਮ 'ਚ ਅਸੀਂ ਰੇਤਾ ਵੀ ਸੱਟਿਆ ਅਤੇ ਉਸ ਤੋਂ ਆਂਗਣਵਾੜੀ ਸਕੂਲ 'ਚ ਅਸੀਂ ਕੰਮ ਕੀਤਾ ਜੀ, ਟਰਾਲੀਆਂ ਵੀ ਸੱਟੀਆਂ ਮਿੱਟੀ ਦੀਆਂ ਜੀ, ਰੇਤਾ ਵੀ ਅਸੀਂ ਸੱਟਿਆ ਅਤੇ ਉਸ ਤੋਂ ਬਾਅਦ ਕਿਰਾਇਆ ਵੀ ਲਾਇਆ ਗਿਆ। ਉਸ ਤੋਂ ਨਵਾਂ ਬਿਜਲੀ ਘਰ ਬਣਿਆ ਜੀ, ਉਹਦੇ 'ਚ ਵੀ ਅਸੀਂ ਮਿੱਟੀ ਵੀ ਸੱਟੀ। ਕਿੰਨਾ ਟੋਟਲ ਕੰਮ ਹੋਇਆ ਅਤੇ ਕੀ ਪਰ ਟਰਾਲੀ ਦਾ ਤੁਹਾਡੇ ਨਾਲ ਮਕਾਇਆ ਗਿਆ? 400 ਰੁਪਈਆ ਮਕਾਇਆ ਗਿਆ, 4.5 ਲੱਖ ਰੁਪਈਆ ਦੀ ਕੀਮਤ ਬਣਦੀ ਹੈ ਜੀ। ਨਹੀਂ ਮਿਲਿਆ ਜੀ, ਇਹ ਸਰਪੰਚ ਰਾਜਵਿੰਦਰ ਕੌਰ ਉਸ ਦਾ ਪਤੀ ਰਲ ਕੇ ਜੀ ਸਹਿਣ ਆਪ ਹੀ ਕਰਕੇ ਜਲ ਲਈ, ਆਪ ਹੀ ਪੈਸੇ ਕਢਾ ਗਿਆ, ਆਪਦੇ ਖਾਤੇ 'ਚ ਪਾਇਆ ਗਏ। ਅਜੇ ਤੱਕ ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਅਸੀਂ SSB 'ਤੇ ਵੀ ਦਰਖਾਸਤ ਦਿੱਤੀ, ਅਜੇ ਤੱਕ ਕੋਈ ਸਾਨੂੰ ਇਨਸਾਫ਼ ਨਹੀਂ ਮਿਲਿਆ, ਨਾ ਹੀ SH ਮੰਦੋੜ ਦਿੱਤੀ ਦਰਖਾਸਤਾਂ, 3-4 ਵਾਰੀ ਉੱਥੇ ਵੀ ਨਹੀਂ ਮਿਲਿਆ ਇਨਸਾਫ਼ ਸਾਨੂੰ। ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਇਹ ਮੰਗ ਕਰਦੇ ਹਾਂ ਸਾਨੂੰ ਇਨਸਾਫ਼ ਦਿੱਤਾ ਜਾਏ, ਸਾਡਾ ਜੋ ਬਣਦਾ ਪੈਸਾ ਉਹ ਸਾਨੂੰ ਦਿੱਤਾ। ਜਿਹੜਾ ਸਰਜੀਤ ਸਿੰਘ ਪੁੱਤਰ ਜਗਿੰਦਰ ਸਿੰਘ ਦਾ, ਇਹ ਮੇਰੀ ਸੱਕੀ ਭੂਆ ਦਾ ਪੁੱਤਰ ਹੈ। ਇਹਨੇ ਜੋ ਟਰੈਕਟਰ ਟਰਾਲੀਆਂ ਦਾ ਕੰਮ ਕੀਤਾ ਸੀ, ਇਹਦੇ ਖਾਤੇ ਦੇ ਵਿੱਚ ਪੇਮੈਂਟ ਆਈ ਹੋਈ ਹੈ, ਅਤੇ ਕੁਛ ਰਹਿੰਦੀ ਜਿਹੜੀ ਉਹ ਕਿਸੇ ਕਾਰਨ ਲੇਟ ਨਰੇਗਾ ਦੇ ਪੈਸੇ ਜਿਹੜੇ ਅਜੇ ਨਹੀਂ ਆਏ, ਇਹਦੇ 40-50 ਹਜ਼ਾਰ ਰੁਪਈਆ ਜਿਹੜਾ ਇਹਦੇ ਖਾਤੇ ਆਉਣ ਵਾਲੇ ਨੇ ਪੈਸੇ, ਅਤੇ ਜਿਹੜੇ ਇਹਨੇ ਦੋਸ਼ ਲਾਏ ਨੇ ਬਿਲਕੁਲ ਗਲਤ ਨੇ। ਮੇਰੇ ਪਿੰਡ ਦੀ ਜਿਹੜੀ ਸਰਪੰਚ, ਮੇਰੀ ਮਿਸਿਜ ਰਾਜਵਿੰਦਰ ਕੌਰ ਸਰਪੰਚ, ਮੈਂ ਇੱਕ ਸਟੇਟ ਵਾਲੀ ਸ਼ਹੀਦ ਭਗਤ ਸਿੰਘ ਵਿਕਰਮਜੀਤ ਸਿੰਘ ਹਾਂ। ਅਸੀਂ ਪਿੰਡ ਦੇ ਵਿੱਚ ਇੱਕ ਪੰਚਾਇਤਨਾਮਾ ਦੇ ਸਫਾਈਨਾਮਾ ਕਰਵਾਇਆ ਸੀ, ਪਿੰਡ ਦੇ ਵਿੱਚ ਵਿਕਾਸ ਬਹੁਤ ਵਧੀਆ ਹੈ, ਬਿਜਲੀ ਗ੍ਰਿੱਡ, ਆਂਗਣਵਾੜੀ ਸੈਂਟਰ, ਸਟੇਡੀਅਮ, ਸਕੂਲ, RO, ਸਾਰਾ ਪਿੰਡ ਪੱਕਾ CC ਫਲੋਰ, ਇਹ ਢਾਣੀਆਂ 'ਤੇ 52 ਲਗਾਇਆ ਗਿਆ। ਇਹ ਪਿੰਡ ਨੇ ਮੇਰੇ ਪੂਰੇ ਸਹਿਯੋਗ ਦਿੱਤਾ। ਪਿੰਡ ਦੇ ਵਿੱਚ ਇੱਕ ਛੱਪੜ ਦੀ ਨਵੀਂ ਪਟਾਈ ਕਰ ਰਹੇ ਸੀ, ਇਹ ਸਰਜੀਤ ਸਿੰਘ ਪੁੱਤਰ ਜਗਿੰਦਰ ਸਿੰਘ ਦਾ, ਕੁਲਵੰਤ ਸਿੰਘ ਪੁੱਤਰ ਹੀਰਾ ਸਿੰਘ ਦਾ, ਅਤੇ ਡੋਗਰ ਸਿੰਘ ਪੁੱਤਰ ਬਲਵੰਤ ਸਿੰਘ, ਹਰਜਿੰਦਰ ਸਿੰਘ ਕੱਕਾ ਸਿੰਘ ਦਾ, ਗੁਰਮੇਸ਼ ਸਿੰਘ ਪੁੱਤਰ ਕੱਕਾ ਸਿੰਘ ਦਾ, ਜਰਨੈਲ ਸਿੰਘ ਦਾ, ਇਹਨਾਂ ਨੇ ਇਹ ਦਰਖਾਸਤਾਂ ਦੇਣ ਦੇ ਆਦੀ ਨੇ, ਅਤੇ ਮੈਂ ਬਿਲਕੁਲ ਸਹੀ ਚੱਲ ਰਿਹਾ, ਮੇਰਾ ਪਿੰਡ ਸਾਥ ਦੇ ਰਿਹਾ। ਇਹ ਬਿਨ ਮਤਲਬ ਤੋਂ ਆਏ ਦਿਨ ਹੀ ਮੇਰੇ 'ਤੇ ਦਰਖਾਸਤਾਂ ਲਾਉਣ ਦੇ ਆਦੀ ਨੇ, 2 ਵਾਰੀ, 3ਵੀ ਵਾਰ ਤਾਂ ਹੋ ਚੱਲੀ, ਐਂਟੀ ਫਰਾਡ ਦੇ ਸਾਡੀ ਇਨਕੁਆਇਰੀ ਹੋ ਚੁੱਕੀ ਹੈ। ਮੈਂ ਗੁਰਨਾਮ ਸਿੰਘ, ਸਾਡਾ ਪਿੰਡ ਪੋਜੋ ਕਤਾੜ ਦੇ ਵਿਕਾਸ 'ਤੇ ਟਰੈਕਟਰ ਟਰਾਲੀਆਂ ਲਾਈਆਂ ਗਿਆ ਸੀ, ਕੁੱਲ 4-5 ਟਰੈਕਟਰ ਟਰਾਲੀਆਂ ਸਨ। ਸਾਨੂੰ ਕਿਸੇ ਵੀ ਡਰਾਈਵਰ ਨੂੰ 1 ਰੁਪਈਆ ਨਹੀਂ ਮਿਲਿਆ, ਜੋ ਵੀ ਖਾਤਾ ਸਾਰਾ ਝੂਠਾ, ਆਪਣੇ ਲਾ ਕੇ ਜਾਲੀ ਸਾਈਨ ਕਰਾ ਕੇ ਪੈਸੇ ਕਢਵਾਏ ਗਏ ਨੇ। ਕਿਸੇ ਨੂੰ ਅਜੇ ਤਿਕਰ 1 ਦੁੱਕੀ ਨਹੀਂ ਮਿਲੀ, ਉੱਪਰ ਝੂਠਾ ਪਰਚਾ ਕਰਵਾ ਕੇ ਸਰਜੀਤ ਸਿੰਘ ਦੇ 96 ਬੰਦੇ ਝੂਠੇ ਗਵਾਹ ਵੀ ਬਣਾਏ ਗਏ ਨੇ। ਸਾਡੇ 'ਚੋਂ 4-5 ਬੰਦੇ ਨੇ ਪੈਸੇ ਲੈਣ ਵਾਲੇ, ਕਿਸੇ ਨੂੰ ਵੀ 1 ਰੁਪਈਆ ਨਹੀਂ। ਦਰਖਾਸਤਾਂ ਦੇ ਰਹੇ ਨੇ ਸਰਜੀਤ ਸਿੰਘ ਜੀ, ਇਹਨਾਂ ਦਾ ਖਾਤਾ ਕਹਿੰਦੇ ਸੀ ਲਾਇਆ ਹੈ, ਅਤੇ ਉਹ ਅਜੇ ਤਿਕਰ ਇਹਨਾਂ ਨੂੰ ਵੀ ਕੋਈ ਇਨਸਾਫ ਨਹੀਂ ਮਿਲਿਆ। ਸਾਡੀ ਮੰਗ ਹੈ ਇਹਨਾਂ ਨਾਲ ਇਨਸਾਫ ਕੀਤਾ ਜਾਏ, ਸਰਕਾਰ ਦਾ ਪੈਸਾ ਸਰਕਾਰ ਵਾਪਸ ਲਵੇ, ਅਤੇ ਸਾਡੇ ਮਜ਼ਦੂਰਾਂ ਦਾ ਹੱਕ ਮਿਲਣਾ ਚਾਹੀਦਾ, ਜੋ ਵੀ